ਔਰ ਜਿਹੜੀਆਂ ਵੱਖ ਵੱਖ ਰਾਮਗੜੀਆਂ ਜਥੇਬੰਦੀਆਂ ਨੇ, ਸਰ ਰਣਜੋਤ ਸਿੰਘ ਜੀ ਬੈਠੇ ਆ ਰਾਮਗੜੀਆ ਐਜੂਕੇਸ਼ਨ ਕੌਂਸਲ, ਜਿਹੜੀ ਕਿ ਸਾਰੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜਿੱਥੇ ਬੱਚਿਆਂ ਨੂੰ ਐਜੂਕੇਟ ਕਰਦੇ ਹਾਂ, ਜਿਸ ਵੀ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟਸ ਹੈਗੇ ਆ, ਉਮੀਦਵਾਰ ਆ, ਉਹਨਾਂ ਨੂੰ ਸਮਰਥਨ ਦਿੰਦੇ ਹਾਂ। ਔਰ ਸਾਡੇ ਲੁਧਿਆਣੇ ਤੋਂ ਸਰ ਰਣਜੀਤ ਸਿੰਘ ਢਿੱਲੋਂ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੂੰ ਅਸੀਂ ਸਮੁੱਚੇ ਸਾਰੇ ਹੀ ਸਮਰਥਨ ਦਿੰਦੇ ਹਾਂ, ਤਾਂ ਕਿ ਜਿਹੜੀ ਸਾਡੀ ਖੇਤਰੀ ਪਾਰਟੀ ਆ, ਅਸੀਂ ਗੱਲ ਕਰਦੇ ਹਾਂ ਕਿ ਬਾਕੀ ਬਾਹਰੀ ਪਾਰਟੀਆਂ ਨੇ, ਔਰ ਸ਼ਾਇਦ ਸਾਨੂੰ ਉਮੀਦਵਾਰ ਨੂੰ ਲੱਭਣ ਜਾਣਾ ਪੈਣਾ ਵਾ, ਜਿਹੜੀ ਕਿ ਸਾਡੀ ਅਪਰੋਚ ਤੋਂ ਬਾਹਰ ਨੇ, 250-300 ਕਿਲੋਮੀਟਰ 400 ਕਿਲੋਮੀਟਰ 'ਤੇ ਬੈਠੇ। ਅਤੇ ਅੱਜ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਅਤੇ ਅਸੀਂ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਜਿਹੜਾ ਸਮਰਥਨ ਦੇ ਰਹੇ ਹਾਂ, ਔਰ ਜਿਹੜੀ ਬਾਕੀ ਜਿਹੜੀਆਂ 12 ਸੀਟਾਂ ਉਹਦੇ 'ਤੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਹੜਾ ਸਮਰਥਨ ਦੇ ਰਹੇ ਹਾਂ। ਤੁਸੀਂ ਦੇਖੋ, ਅਗਰ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੀ, ਕਿ ਲਾਲਜੀਤ ਭੁੱਲਰ ਜੀ ਨੇ ਸਾਡੀ ਉਸ ਕੌਮ ਬਾਰੇ, ਜਿਹੜਾ ਕਿ ਸੁਨਿਆਰਾ ਭਾਈਚਾਰਾ ਔਰ ਰਾਮਗੜੀਆ ਭਾਈਚਾਰੇ ਬਾਰੇ ਕਿੰਨੇ ਗਲਤ ਲਫ਼ਜ਼ ਜਿਹੜੇ ਹੈਗੇ ਆ ਬੋਲੇ, ਅਤੇ ਉਹਨਾਂ ਨੂੰ ਅਸੀਂ, ਹਾਂਜੀ, ਸਾਨੂੰ ਸਮੁੱਚੀ ਰਾਮਗੜੀਆ ਬਰਾਦਰੀ ਉਸ ਦੇ ਨਾਲ ਬਲੁੰਦਰੀ ਗਈ ਹੈ ਕਿ ਉਹਨਾਂ ਨੇ ਜਿਹੜੇ ਲਫ਼ਜ਼ ਯੂਜ਼ ਕੀਤੇ ਆ, ਤਾਂ ਅਸੀਂ ਉਹਦੀ ਸਖ਼ਤ ਜਿਹੜੀ ਨਿੰਦਾ ਔਰ ਨਿਖੇਧੀ ਕਰਦੇ ਹਾਂ। ਔਰ ਅਸੀਂ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਪੈਣੀ ਚਾਹੀਦੀ। ਦੂਸਰੀ, ਮੈਂ ਜਿਹੜੀ ਸਭ ਤੋਂ ਵੱਡੀ ਚੀਜ਼ ਗੱਲ ਕਰਦਾ ਵਾਂ ਕਿ ਪਿਛਲੇ 10 ਸਾਲ ਦਾ ਸਮਾਂ ਦੇਖੀਏ ਸ਼੍ਰੋਮਣੀ ਅਕਾਲੀ ਦਲ ਦਾ, ਤੁਸੀਂ ਵੀ ਸਾਰੇ ਪ੍ਰਤੱਖ ਉਸ ਚੀਜ਼ ਦੇ ਗਵਾਹ ਹੋ ਕਿ ਕਿੰਨੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ, ਔਰ ਜਿਹੜੀ ਉਹ ਡਿਵੈਲਪਮੈਂਟ ਹੋਈ, ਉਸ ਡਿਵੈਲਪਮੈਂਟ ਨੇ ਸਾਡੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ। ਕਿਤੇ 60 ਕਿਲੋਮੀਟਰ ਦੀ ਸਪੀਡ ਹੁੰਦੀ ਸੀ ਜਿਹੜੀ ਸਾਡੇ ਸੁਖਬੀਰ ਸਿੰਘ ਬਾਦਲ ਜੀ ਨੇ ਪਰ ਘੰਟਾ 60 ਕਿਲੋਮੀਟਰ ਤੋਂ ਪਹੁੰਚਾਤਾ, ਜਿਹੜੀ ਕਿ ਸਪੀਡ ਹੀ ਸਿਰਫ 35 ਕਿਲੋਮੀਟਰ ਹੁੰਦੀ ਸੀ, ਇੰਨਾ ਕੰਜੈਸ਼ਨ ਸੀ। ਅੱਜ ਲੁਧਿਆਣੇ ਵਿੱਚ ਤੁਸੀਂ ਦੇਖੋ ਫਿਰੋਜ਼ਪੁਰ ਰੋਡ ਜਿਹੜਾ ਐਲੀਵੇਟਡ ਰੋਡ ਬਣਿਆ। ਅਗਰ ਮੈਂ ਇੰਡਸਟਰੀ ਦੀ ਗੱਲ ਕਰਾਂ, ਅਸੀਂ ਭਾਈਚਾਰੇ ਦੇ ਨਾਲ ਇੰਡਸਟਰੀ ਦੀ ਵੀ ਗੱਲ ਕਰੀਏ ਕਿ ਇੰਡਸਟਰੀ ਨੂੰ ਪੀਕ ਲੋਡ ਖਤਮ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣਿਆ ਸੀ, ਕਿ ਜਿਹਦੇ ਵਿੱਚ ਸਾਨੂੰ ਰਾਤ ਨੂੰ ਬਿਜਲੀ 2 ਰੁਪਏ 25 ਪੈਸੇ ਪਰ ਯੂਨਿਟ ਜਿਹੜੀ ਸਸਤੀ ਮਿਲਦੀ ਸੀ। ਫਲੋਰ ਏਰੀਆ ਇਨਕਰੀਜ਼ ਕੀਤਾ, ਆਹ ਏਰੀਆ ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਤੋਹਫਾ ਦਿੱਤਾ ਦਿਵਾਲੀ ਦੇ ਉੱਤੇ। ਮੈਨੂੰ ਯਾਦ ਆ ਕਿ ਇਸ ਏਰੀਏ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਸੀ ਲੱਗਦਾ, 72 ਮੱਲੇ ਇੰਡਸਟਰੀ ਤੋਂ ਵਾਂਝੇ ਸੀ, ਲੇਕਿਨ ਪਲਾਟ ਖਾਲੀ ਪਏ ਸੀਗੇ, ਲੋਕਾਂ ਕੋਲ ਜਗ੍ਹਾ ਸੀ ਪਰ ਕੰਮ ਕਰਨ ਵਾਸਤੇ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਸੀ। ਸਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਥੇ ਤਕਰੀਬਨ 2860 ਕਨੈਕਸ਼ਨ ਦਿੱਤੇ, ਜਿਹਦੇ ਨਾਲ ਉੱਥੇ ਇੰਡਸਟਰੀ ਚੱਲੀ, ਲੈਂਡ ਜਿਹੜੀ ਸਾਡੀ ਜਗ੍ਹਾ ਸੀ ਉਹਦਾ ਰੇਟ ਵੀ ਵਧਿਆ, ਪਲੱਸ ਇਹ ਏਰੀਆ ਜਿਹੜਾ ਸੀ ਫਲੋਰਿਸ਼ ਕੀਤਾ। ਤੁਸੀਂ ਦੇਖੋ ਅੱਜ ਇੱਥੇ ਜਗ੍ਹਾ ਨਹੀਂ ਮਿਲ ਰਹੀ ਹੈਗੀ, ਉਹਦਾ ਕਾਰਨ ਨਵਾਂ ਫੋਕਲ ਪੁਆਇੰਟ ਲਿਆਂਦਾ ਧਨਾਂਸੂ ਦੇ ਵਿੱਚ ਉਹਨਾਂ ਨੇ, ਅਕਸਰ ਇੰਡਸਟਰੀ ਦੀ ਡਿਵੈਲਪਮੈਂਟ ਕਰਕੇ ਹੀ ਸੀਗਾ, ਪਰ ਇਸ ਸਰਕਾਰ ਨੇ ਉਹ ਜਿਹੜਾ 4 ਯੂਨਿਟਾਂ ਨੂੰ ਦੇ ਕੇ ਸਾਰਾ ਖਤਮ ਕਰਤਾ। ਲੋੜ ਸੀ ਛੋਟੀ ਇੰਡਸਟਰੀ ਨੂੰ ਉੱਪਰ ਚੱਕਣ ਦੀ। ਇੱਕ ਲਾਸਟ ਜਿਹੜੀ ਮੈਂ ਗੱਲ ਕਰੂੰਗਾ, ਪਾਵਰ, ਬਿਜਲੀ, ਤੁਸੀਂ ਸਾਰੇ ਹੁਣ ਇੱਥੇ ਦਫ਼ਤਰ 'ਚ ਬੈਠੇ ਹੋ, ਲੇਕਿਨ ਪਾਵਰ ਤਾਂ, ਬਿਜਲੀ ਤਾਂ ਹੈ ਨਹੀਂ। ਸਾਨੂੰ ਤਾਂ ਬੜਾ ਖਦਸ਼ਾ ਵਾ ਵੀ ਪਰਸੋਂ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਜਾਣੇ ਆ ਤਾਂ ਬਿਜਲੀ ਦੇ ਹਾਲਾਤ ਕੀ ਹੋਣੇ ਆ।
ਹੁਣ ਵੀ ਇਹ ਜਿੱਥੇ ਤੁਸੀਂ ਇਹ ਸਾਰਾ ਆਪਣੇ ਕੈਮਰੇ ਸਾਡੇ ਵੱਲ ਕੀਤੇ ਹੋਏ ਆ, ਜਨਰੇਟਰ 'ਤੇ ਚੱਲ ਰਹੀ ਹੈ ਬਿਜਲੀ, ਇਹ ਬਿਜਲੀ ਬੋਰਡ ਵੱਲੋਂ ਬਿਜਲੀ ਦਿੱਤੀ ਨਹੀਂ ਹੋਈ। ਸੋ ਮੈਂ ਗੱਲ ਕਰਦਾ, ਉਹਨਾਂ ਨੇ ਸੂਬਾ ਸਰਪਲਸ ਬਣਾਤਾ ਸੀ, ਸਰਪਲਸ ਸਟੇਟ ਬਣਾਉਣ ਦੇ ਨਾਲ ਸਾਨੂੰ ₹2.25 ਰਾਤ ਨੂੰ ਬਿਜਲੀ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਸਤੀ ਦਿੱਤੀ ਸੀਗੀ। ਪਰ ਇਸ ਦੇ ਉਲਟ ਆਮ ਆਦਮੀ ਦੀ ਸਰਕਾਰ ਨੇ ਤਾਂ ਸਾਨੂੰ ਇੱਕ ਨਵਾਂ ਜਿਹੜਾ ਸੀਗਾ ਫਰਲਾ ਭੇਜਤਾ ਕਿ ਤੁਹਾਨੂੰ ਜਿਹੜੀ ਬਿਜਲੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ₹2 ਯੂਨਿਟ ਮਹਿੰਗੀ ਮਿਲੂਗੀ ਨੋਰਮਲ ਟੈਰਿਫ ਨਾਲੋਂ। ਇਸ ਵੇਲੇ ਸਾਨੂੰ ਜਿਹੜੀ ਬਿਜਲੀ ਆ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ₹2 ਬਿਜਲੀ ਮਹਿੰਗੀ ਲੈ ਰਹੇ ਹਾਂ। ਉਸ ਤੋਂ ਇਲਾਵਾ ਮੈਂ ਗੱਲ ਕਰਾਂ, ਫਿਕਸਡ ਚਾਰਜਿਸ ਸੀ ਜਿਹੜੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਵਧਾਏ, ਇਸ ਸਰਕਾਰ ਨੇ ਉਹ ਵੀ ਚਾਰਜਿਸ ਵਧਾ ਤੇ। ਬਲਕਿ ਜਿਹੜੇ ਪਾਵਰ ਇੰਟੈਂਸਿਵ ਯੂਨਿਟ ਆ ਉਹਨਾਂ ਦੇ ਉੱਤੇ ਵੀ ਜਿਹੜਾ ਨੋਰਮਲ ਟੈਰਿਫ ਨਾਲੋਂ ₹65 KVA ਐਕਸਟਰਾ ਲਗਾਤਾ। ਸੋ ਮੈਂ ਗੱਲ ਕਰਦਾ ਕਿ ਜੇ ਪੰਜਾਬ ਦੇ ਵਿੱਚ ਇੰਡਸਟਰੀ ਨਾ ਰਹੀ ਤਾਂ ਬੜਾ ਮੁਸ਼ਕਲ ਆ ਇਸ ਸੂਬੇ ਦਾ ਅੱਗੇ ਵਧਣਾ। ਅਤੇ ਕਦੇ ਅਸੀਂ ਜਦੋਂ ਸਰ ਸੁਖਬੀਰ ਸਿੰਘ ਬਾਦਲ ਡਿਪਟੀ CM ਸੀ ਔਰ ਸਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸੂਬੇ ਦੇ ਮੁੱਖ ਮੰਤਰੀ ਸੀ, ਤਾਂ ਜਿਹੜਾ ਇੰਡੀਆ ਟੂਡੇ ਨੇ ਸਰਵੇ ਕਰਾਇਆ ਸੀ ਉਹਦੇ ਵਿੱਚ ਲੁਧਿਆਣਾ ਬੈਸਟ ਬਿਜ਼ਨਸ ਪਲੇਸ ਆਫ ਇੰਡੀਆ ਡਿਕਲੇਅਰ ਹੋਇਆ ਸੀ। ਔਰ ਮੈਂ ਗੱਲ ਕਹਿਣੀ ਹੈ, ਬੜੀ ਖੁਸ਼ੀ ਹੁੰਦੀ ਹੈ ਕਿ ਉਦੋਂ ਸਾਡਾ ਸੂਬਾ ਪਹਿਲੇ ਨੰਬਰ 'ਤੇ ਸੀ, ਹੌਲੀ ਹੌਲੀ ਖਿਸਕਦੇ ਖਿਸਕਦੇ ਅਸੀਂ 16ਵੇਂ ਨੰਬਰ ਦੇ ਉੱਤੇ ਆ ਗਏ। ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ, ਟੋਟਲ ਸੂਬੇ 29 ਆ, ਅੱਜ ਅਸੀਂ 27ਵੇਂ ਨੰਬਰ 'ਤੇ ਹਾਂ। ਇਸ ਤੋਂ ਬਾਅਦ ਸਿਰਫ 2 ਸੂਬੇ ਰਹਿ ਗਏ ਜਿਹੜੇ ਬਹੁਤ ਛੋਟੇ ਛੋਟੇ ਆ, ਨਾਗਾਲੈਂਡ ਬਹੁਤ ਛੋਟਾ ਜਿਹਾ ਸੂਬਾ, ਮਿਜ਼ੋਰਮ ਬਹੁਤ ਛੋਟਾ ਜਿਹਾ ਸੂਬਾ। ਅਤੇ ਅਸੀਂ ਪੰਜਾਬ ਜਿਹੜਾ ਫੂਡ ਬਾਊਲ ਸੀਗਾ ਅਤੇ ਉਹ ਅੱਜ ਸਿਮਟ ਕੇ ਰਹਿ ਗਿਆ। ਸੋ ਮੈਂ ਗੱਲ ਕਰਦਾ ਵਾ ਕਿ ਜਿੰਨੀ ਦੇਰ ਤੱਕ ਪੀਸ ਹਾਰਮਨੀ ਨਹੀਂ ਰਹੇਗੀ ਉਨੀ ਦੇਰ ਤੱਕ ਨਾ ਤਾਂ ਇੰਡਸਟਰੀ ਡਿਵੈਲਪ ਕਰ ਸਕਦੀ ਹੈ। ਤੁਸੀਂ ਦੇਖੋ ਇਸ ਤਰ੍ਹਾਂ ਸਾਡੇ ਬਹੁਤ ਵੱਡੇ ਕਬੱਡੀ ਦੇ ਖਿਡਾਰੀ ਦਾ ਮਰਡਰ ਹੋਇਆ, ਸਾਡੇ ਬਹੁਤ ਵੱਡੇ ਸਿੰਗਰ ਸਿੱਧੂ ਮੂਸੇਵਾਲੇ ਦਾ ਹੋਇਆ। ਮਤਲਬ ਇਸ ਟੈਰਰ ਦੇ ਵਿੱਚ ਇੰਡਸਟਰੀ ਦਾ ਚੱਲਣਾ ਬੜਾ ਮੁਸ਼ਕਲ ਆ, ਇੰਡਸਟਰੀ ਦੇ ਵਿੱਚ ਬੜਾ ਭੈ ਆ। ਸਰਕਾਰ ਵੱਲੋਂ ਜਿਹੜੇ ਵਾਅਦੇ ਵੀ ਕੀਤੇ ਗਏ, 14 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਰੈਡੀਸਨ ਬਲਿਊ ਹੋਟਲ 'ਚ ਆਏ, ਇੰਡਸਟਰੀ ਦੇ ਨਾਲ ਇੰਟਰੈਕਟ ਕੀਤਾ, ਮੈਨੂੰ ਯਾਦ ਆ ਤੁਸੀਂ ਲਾਈਵ ਸਾਰਿਆਂ ਨੇ ਕੀਤਾ, ਅੱਜ ਵੀ ਲਾਈਵ ਕੱਢ ਕੇ ਦੇਖ ਲਓ। ਅਸੀਂ ਉਹਨਾਂ ਕੋਲ ਇੱਕ ਡਿਮਾਂਡ ਕੀਤੀ ਸੀ ਕਿ ਕੋਡ ਆ UUE ਚਾਰਜਿਸ, ਅਨਆਥੋਰਾਈਜ਼ਡ ਯੂਜ਼ ਆਫ ਇਲੈਕਟ੍ਰੀਸਿਟੀ, ਇਹਦੇ ਨਾਲੋਂ ਤਾਂ ਬਿਜਲੀ ਚੋਰੀ ਕਰ ਲਈ ਜਾਵੇ ਉਹਦਾ ਘੱਟ ਜੁਰਮਾਨਾ ਵਾ, ਅਤੇ ਉਹ ਸਾਡੇ ਨਾਲ ਧੱਕੇਸ਼ਾਹੀ ਆ, ਵਾਪਸ ਲਓ। ਉਹਨਾਂ ਨੇ ਉੱਥੇ ਹੀ ਸਟੇਜ 'ਤੇ ਕੇਜਰੀਵਾਲ ਸਾਹਿਬ ਨੇ ਔਰ ਸਰ ਭਗਵੰਤ ਸਿੰਘ ਮਾਨ ਉਹਨਾਂ ਨੇ, ਸਾਡੇ ਮੁੱਖ ਮੰਤਰੀ ਜੀ ਨੇ, ਚੇਅਰਮੈਨ ਸਰ ਬਲਦੇਵ ਸਿੰਘ ਸਰਾਂ ਉਹਨਾਂ ਨੂੰ ਖੜਾ ਕੀਤਾ ਕਿ ਇਹ ਕੰਮ ਹੋ ਸਕਦਾ। ਉਹ ਕਹਿੰਦੇ ਜੀ ਬਿਲਕੁਲ ਹੋ ਸਕਦਾ, ਕਹਿੰਦੇ ਇੱਕ ਕੱਲ੍ਹ ਫਾਈਲ ਮੇਰੇ ਕੋਲ ਲਿਆਓ, ਇੱਕ ਹਫ਼ਤੇ ਦੇ ਵਿੱਚ ਡਿਸੀਜ਼ਨ ਦੇਣਾ। ਅਤੇ ਅੱਜ 14 ਸਤੰਬਰ ਤੋਂ ਲੈ ਕੇ ਤੁਸੀਂ ਆਪ ਸਾਹਿਬ 9 ਮਹੀਨੇ ਹੋ ਗਏ, ਅੱਜ ਉਸ ਚੀਜ਼ ਦੇ ਉੱਤੇ ਬਿਲਕੁਲ ਨਹੀਂ। OTS ਸੀਗੀ ਇਨਹਾਂਸਮੈਂਟ ਦੇ ਉੱਤੇ ਜਿਹੜੇ ਇੰਡਸਟਰੀ ਦੇ ਪਲੋਟਸ 'ਤੇ ਸੀ, ਅੱਜ ਇਨਵੈਸਟਮੈਂਟ ਪੰਜਾਬ ਟੋਟਲ ਰੁਕਿਆ ਪਿਆ ਵਾ। ਸੋ ਅਸੀਂ ਜਿਹੜੇ ਪ੍ਰਤੱਖ ਦੇਖਿਆ ਕਿ ਜਿਹਨੇ ਡਿਵੈਲਪਮੈਂਟ ਕੀਤੀ ਸਰ ਸੁਖਬੀਰ ਸਿੰਘ ਬਾਦਲ ਨੇ, ਸਾਡੀ ਖੇਤਰੀ ਪਾਰਟੀ ਆ, ਸਾਡੇ ਸਮੁੱਚੇ ਸਮਾਜ ਨੂੰ ਜਦੋਂ ਕੋਈ ਔਕੜ ਆਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਭੱਜ ਕੇ ਜਾ ਕੇ ਹਲਕੇ ਦੇ ਕੌਂਸਲਰ, MLA ਔਰ MP ਦੇ ਨਾਲ ਰਾਬਤਾ ਕਰਨਾ ਪੈਂਦਾ। ਢਿੱਲੋਂ ਸਾਹਿਬ ਸਾਡੇ ਆਪਣੇ ਸ਼ਹਿਰ ਦੇ ਨੇ, ਸ਼ਹਿਰ ਵਿੱਚੋਂ ਨੇ, ਔਰ ਉਹ ਸਾਡੀ ਜਿਹੜੀ ਮਸਲੇ ਨੂੰ ਫੌਰੀ ਤੌਰ ਦੇ ਉੱਤੇ ਹੱਲ ਕਰਕੇ ਦੇਣਗੇ। ਤੋ ਸਮੁੱਚੇ ਹੀ ਅਸੀਂ ਅੱਜ ਜਿਹੜਾ ਰਾਮਗੜੀਆ ਭਾਈਚਾਰੇ ਵੱਲੋਂ ਇਕੱਠੇ ਹੋਏ ਹਾਂ ਔਰ ਅਸੀਂ ਇਕੱਠੇ ਹੋ ਕੇ ਜਿਹੜੀਆਂ ਸਮੁੱਚੀਆਂ ਪੰਜਾਬ ਦੀਆਂ
13 ਦੀਆਂ 13 ਸੀਟਾਂ ਵਾ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ। ਔਰ ਜਿਹੜੀ ਲੁਧਿਆਣਾ ਲੋਕ ਸਭਾ ਹਲਕਾ ਤੋਂ ਸਰ ਰਣਜੀਤ ਸਿੰਘ ਢਿੱਲੋਂ, ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਬਤੌਰ ਕੌਂਸਲਰ 3 ਵਾਰ ਔਰ MLA 1 ਵਾਰ, ਔਰ ਅੱਜ ਉਹ ਲੁਧਿਆਣੇ ਦੇ ਵਸਨੀਕਾਂ ਨੂੰ ਭਲੀ ਭਾਂਤੀ ਜਾਣਦੇ ਆ ਔਰ ਸਾਡੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਲੁਧਿਆਣਾ ਦੇ ਉਹ 5 ਸਾਲ ਪ੍ਰਧਾਨ ਵੀ ਰਹੇ ਆ। ਸੋ ਸਾਨੂੰ ਤਾਂ ਸਮੁੱਚੇ ਭਾਈਚਾਰੇ ਨੂੰ ਜਿੱਥੇ ਅਸੀਂ ਅਪੀਲ ਕਰਦੇ ਹਾਂ ਉੱਥੇ ਅੱਜ ਅਸੀਂ ਸਮਰਥਨ ਦੇਣ ਦਾ ਵੀ ਐਲਾਨ ਕਰਦੇ ਹਾਂ। ਅਤੇ ਮੈਂ ਤਾਂ ਸਾਰੇ ਮੀਡੀਆ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਇਹ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਕਿ ਇੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਕੇ ਆਉਣ, ਔਰ ਜਿਹੜਾ ਪਿਛਲਾ ਸਮਾਂ ਡਿਵੈਲਪਮੈਂਟ ਦਾ ਦੇਖਿਆ, ਜਿਹੜੀ ਡਿਵੈਲਪਮੈਂਟ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਹੋਈ ਆ, ਔਰ ਸਰ ਸੁਖਬੀਰ ਸਿੰਘ ਬਾਦਲ ਨੇ ਆਪ ਆਪਣੇ ਲੁਧਿਆਣੇ ਨੂੰ ਆਪ ਚੁਣਿਆ ਹੋਇਆ ਸੀ, ਖੁਦ ਲੁਧਿਆਣੇ ਦੀ ਨਿਗਰਾਨੀ ਉਹ ਆਪ ਕਰਦੇ ਸੀ ਤਾਂ ਕਿ ਜਿਹੜਾ ਇਹ ਲੁਧਿਆਣਾ ਵਾ ਇਹ ਸਾਡੇ ਦੇਸ਼ ਦੇ ਵਿੱਚ ਜਿੱਥੇ ਪਹਿਲੇ ਨੰਬਰ 'ਤੇ ਸੂਬਾ ਆਇਆ ਉੱਥੇ ਉਹਨਾਂ ਨੇ ਕਿਹਾ ਸੀ ਇਸ ਸੂਬੇ ਨੂੰ ਮੈਂ ਬਣਾ ਕੇ ਵੀ ਜਿਹੜਾ ਹੈਗਾ, ਚਾਹੇ ਸਮਾਰਟ ਸਿਟੀ ਦੇ ਵਿੱਚ ਉਦੋਂ ਦੇ ਸਾਡੇ ਮੇਅਰ ਸਰ ਹਰਚਰਨ ਸਿੰਘ ਗੋਲਵੜੀਆ ਜੀ ਨੇ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਕੀਤੀ ਟੋਟਲ ਲੁਧਿਆਣੇ ਦੀ ਸਮਾਰਟ ਸਿਟੀ ਬਣਾਉਣ ਦੇ ਵਿੱਚ, ਸਾਡਾ ਪੰਜਾਬ ਦੇ ਵਿੱਚੋਂ ਪਹਿਲਾ ਸ਼ਹਿਰ ਚੁਣਿਆ ਗਿਆ ਸੀ। ਪਰ ਅੱਜ ਲੋੜ ਆ ਵਿਜ਼ਨਰੀ ਪਰਸਨ ਦੀ, ਅਗਰ ਅਸੀਂ ਵਿਅਕਤੀਗਤ ਦੇ ਉੱਤੇ ਵੀ ਦੇਖੀਏ ਕਿ ਜਿਹਦੀ ਵਿਜ਼ਨ ਆ, ਕਈਆਂ ਨੇ ਤਾਂ ਆਪਣੀ ਵਿਜ਼ਨ ਹੀ ਨਹੀਂ ਦੱਸੀ ਹੈਗੀ, ਸਿਰਫ ਦੂਜਿਆਂ ਦੇ ਉੱਤੇ ਦੋਸ਼ ਮੜ ਕੇ ਉਹਨਾਂ ਨੇ ਉਹ ਕੰਮ ਕੀਤਾ। ਆਓ ਆਪਾਂ ਸਾਡੇ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਜਿਹੜਾ ਜਿਤਾ ਕੇ ਸੰਸਦ ਵਿੱਚ ਭੇਜੀਏ, ਜਿਹੜਾ ਇਹ ਲੁਧਿਆਣਾ ਮੈਨਚੈਸਟਰ ਆਫ ਇੰਡੀਆ ਸੀਗਾ ਅਤੇ ਅੱਜ ਇਹਦਾ ਕੀ ਹਾਲ ਹੋ ਗਿਆ, ਕਹਿੰਦੇ ਇਹ ਲਾਰਜੈਸਟ ਮੈਨੂਫੈਕਚਰਰ ਆਫ ਬਾਈਸਾਈਕਲਸ ਇਨ ਇੰਡੀਆ ਸੀਗਾ। ਤੋ ਅੱਜ ਇਸ ਨੂੰ ਇਹਦੀ ਜਿਹੜੀ ਪੁਰਾਣੀ ਸੱਭਿਅਤਾ ਨੂੰ ਬਹਾਲ ਕਰੀਏ ਅਤੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਆਪਾਂ ਜਿਤਾਈਏ, ਜਿਤਾ ਕੇ ਸੰਸਦ ਦੇ ਵਿੱਚ ਭੇਜੀਏ ਤਾਂ ਕਿ ਉਹ ਲੁਧਿਆਣੇ ਤੋਂ ਸੰਸਦ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਣ। ਕੁਲਹਾਰ ਸਾਹਿਬ, ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਬਾਰੇ ਉਹ ਕਹਿੰਦੇ ਪਏ ਵੀ ਕੈਂਡੀਡੇਟ ਉਹਨਾਂ ਦੇ ਕਹਿ ਰਹੇ ਆ ਕਿ ਅਸੀਂ ਇੰਡਸਟਰੀ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ। ਮੈਨੂੰ ਤੁਸੀਂ ਦੱਸ ਦਿਓ, ਮੈਂ ਤਾਂ ਤੁਹਾਡੇ ਸਾਹਮਣੇ ਚੈਲੰਜ ਨਾਲ ਕਹਿੰਦਾ ਕਿਹੜੀ ਰਾਹਤ ਦਿੱਤੀ ਆ, ਇਹ ਵੀ ਦੱਸ ਦਿਓ ਨਾ, ਰਾਹਤ ਦੱਸੋ ਨਾ। ਬਿਜਲੀ ਦਾ ਬਿੱਲ ਸੀਗਾ 65 ਪੈਸੇ ਯੂਨਿਟ ਵਧਾ ਦਿੱਤਾ ਗਿਆ, 960 ਕਰੋੜ ਰੁਪਇਆ ਫਾਇਦਾ ਹੋਇਆ। ਹਾਂ ਦੇਖੋ ਤੁਸੀਂ ਉਹ ਕੱਲ ਮੁੱਖ ਮੰਤਰੀ ਜੀ ਦੀ ਜਿਹੜੀ ਇੰਟਰਵਿਊ ਸੀ ਮੈਂ ਦੇਖ ਰਿਹਾ ਸੀ, ਉਹ ਆਪਣੀ ਇੰਟਰਵਿਊ ਦਿੰਦੇ ਦਿੰਦੇ ਹੀ ਕਹਿੰਦੇ ਲਿਆਓ ਮਿਲਾਓ ਫੋਨ ਜਿਹੜੇ ਸਾਡੇ CMD ਸਾਹਿਬ ਆ ਔਰ ਜਿਹੜੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਆ, ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ। ਉਹ ਕਹਿੰਦੇ ਅਸੀਂ ਤਾਂ ਰਾਤ ਨੂੰ ਬਿਜਲੀ 960 ਕਰੋੜ ਦੀ ਹੈਦਰਾਬਾਦ ਨੂੰ ਔਰ ਬੰਗਲੌਰ ਨੂੰ, ਦੋ ਜਿਹੜੀ ਹੈਗੀ ਆ ਸਟੇਟਾਂ ਨੂੰ ਵੇਚੀ ਆ ਬਿਜਲੀ ਆ 1 ਅਪ੍ਰੈਲ ਤੋਂ ਲੈ ਕੇ ਅੱਜ ਤਕਰੀਬਨ 29 ਮਈ ਹੋ ਗਈ, 2 ਮਹੀਨਿਆਂ ਦੇ ਵਿੱਚ 960 ਕਰੋੜ ਦੀ ਬਿਜਲੀ ਵੇਚਤੀ ਅਤੇ ਪੰਜਾਬ ਦੇ ਉੱਤੇ ਕੱਟ ਲਾਤਾ। ਤੁਸੀਂ ਅੱਜ ਦੇਖੋ ਫੋਕਲ ਪੁਆਇੰਟਾਂ 'ਚ ਵੀ ਕੱਟ ਆ, ਇਹ ਤਾਂ ਇਲੈਕਸ਼ਨ ਕਰਕੇ ਆ। ਆਹ ਤੁਸੀਂ 3 ਦਿਨ ਬਾਅਦ ਦੇਖਿਓ ਪੰਜਾਬ ਦਾ ਹਾਲ ਕੀ ਹੁੰਦਾ, ਕਿਉਂਕਿ ਸਾਡੇ ਕੋਲ ਡਿਮਾਂਡ ਇੰਨੀ ਜ਼ਿਆਦਾ ਵਾ, ਪ੍ਰੀ ਪਲੈਨਿੰਗ ਨਹੀਂ ਹੋ ਸਕੀ ਹੈਗੀ, ਜਿਹਦੇ ਕਰਕੇ ਇੰਡਸਟਰੀ ਖਮਿਆਜ਼ਾ ਭੁਗਤ ਰਹੀ ਆ। ਤੁਸੀਂ ਬੈਠੇ ਹੋ, ਮੈਂ ਤਾਂ ਕੋਈ ਇਹ ਗੱਲ ਨਹੀਂ ਕਹਿ ਰਿਹਾ, ਲਾਈਟ ਬੰਦ ਆ, ਕਿਉਂ ਕਰਨਾ, ਇੰਡਸਟਰੀਅਲ ਏਰੀਆ ਡੈਜੀਗਨੇਟਡ ਇੰਡਸਟਰੀਅਲ ਏਰੀਆ ਵਾ, ਇੱਥੇ ਤਾਂ ਪਾਵਰ ਸਪਲਾਈ ਮਿਲਣੀ ਚਾਹੀਦੀ ਹੈ, ਅਨਸ਼ਡਿਊਲਡ ਕੱਟ ਲੱਗ ਰਹੇ ਆ ਪੂਰੇ। ਸੋ ਮੈਂ ਸਾਰੇ ਨਹੀਂ, ਅਸੀਂ ਦੇਖ ਰਹੇ ਸੀਗੇ, ਮੈਂ ਇਹ ਗੱਲ ਕਰ ਰਿਹਾ ਸਮੁੱਚਾ ਭਾਈਚਾਰਾ ਜਿਹੜਾ ਇਕੱਠਾ ਹੋ ਕੇ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਜਦੋਂ ਭਾਈਚਾਰਾ ਇਕੱਠਾ ਹੋ ਗਿਆ
ਤਾਂ ਭਾਈਚਾਰੇ ਦਾ ਇੱਕ ਮੈਸੇਜ ਜਿਹੜਾ ਗਿਆ ਸਾਰੇ ਸਮਾਜ ਦੇ ਵਿੱਚ, ਉਹ ਇੱਕ ਬਹੁਤ ਵੱਡੀ ਗੱਲ ਆ ਕਿ ਸਾਡਾ ਜਿਹੜਾ ਭਾਈਚਾਰਾ ਇਕੱਠਾ ਹੋ ਕੇ ਸਾਰੇ ਅਸੀਂ ਕਿਹਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਨੂੰ ਜਿਤਾਵਾਂਗੇ, ਔਰ ਟਾਈਮ ਲੱਗਦਾ ਦੇਖਣ ਵਾਸਤੇ ਕਿ ਕਿਹਨੇ ਕੁਛ ਕੀਤਾ ਅਤੇ ਕਿਹਦਾ ਅੱਗੇ ਵਿਜ਼ਨ ਹੈਗਾ ਵਾ। ਜਿਹਨਾਂ ਦਾ ਵਿਜ਼ਨ ਹੀ ਨਹੀਂ ਹੈਗਾ, ਅਜੇ ਤੱਕ 2.5 ਸਾਲ ਹੋ ਗਏ ਚੱਲਿਆਂ ਨੂੰ, ਹਜੇ ਤੱਕ ਕੋਈ, ਤੁਸੀਂ ਦੱਸੋ, ਮੈਂ ਤਾਂ ਸਾਹਮਣੇ ਹਾਂ, ਡਿਬੇਟ ਕਰਨ ਲਈ ਖੁੱਲ੍ਹਾ ਚੈਲੇਂਜ ਆ। ਸਰ ਇਹੀ ਮੈਸੇਜ ਆ, ਜਿਹੜੀ ਵੋਟ ਆ ਸਾਰਿਆਂ ਨੂੰ ਪਹੁੰਚ ਜਾਏਗਾ, ਤੁਸੀਂ ਸਾਰੇ ਬੈਠੇ। ਸਾਰੀਆਂ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਇਹ ਪ੍ਰੈਸ ਕਾਨਫਰੰਸ, ਸਾਰੀਆਂ ਜਥੇਬੰਦੀਆਂ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਵੀ ਡਿਸੀਜਨ ਲਿਆ ਜਾਂਦਾ। ਅਜੇ ਵੀ ਡੁੱਲੇ ਪੈਰਾਂ ਦਾ ਕੁਛ ਨਹੀਂ ਵਿਗੜਿਆ, ਅਜੇ ਟਾਈਮ ਪਿਆ, ਇੱਕ ਮੈਸੇਜ ਹੀ ਜਾਣਾ ਨਾ, ਕਿਉਂਕਿ ਵੋਟ ਤਾਂ ਬਟਨ ਦੱਬਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਤੁਹਾਡੀ ਐਫੀਸ਼ੀਐਂਸੀ ਦਾ ਪੂਰਾ ਭਰੋਸਾ ਹੈ ਕਿ ਤੁਸੀਂ ਇਹ ਸਾਡਾ ਮੈਸੇਜ ਜਿਹੜਾ ਅੱਜ ਹੀ ਸਾਰੇ ਜਗ੍ਹਾ 'ਤੇ ਪੰਜਾਬ ਦੇ ਵਿੱਚ ਪਹੁੰਚਾ ਦੇਣਾ ਹੈ। ਇਸ ਕਰਕੇ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ, ਸਾਨੂੰ ਪੂਰਨ ਭਰੋਸਾ ਹੈ ਕਿ ਇਹ ਸਾਡਾ ਮੈਸੇਜ ਤੁਹਾਡੇ ਰਾਹੀਂ ਜ਼ਰੂਰ ਪਹੁੰਚੇਗਾ। ਤੁਸੀਂ ਕਹਿ ਰਹੇ ਹੋ ਰਾਮਗੜੀਆ ਭਾਈ ਜਿਹੜਾ ਮੰਦੀ ਸ਼ਬਦਾਵਲੀ ਵਰਤੀ ਹੈ, ਇੱਕ ਬੈਂਸ ਬਦਲ ਵੱਲੋਂ ਕੱਲ੍ਹ ਇੱਕ ਜਿਹੜੀ ਟਿੱਪਣੀ ਕੀਤੀ ਗਈ ਹਿੰਦੂ ਸਮਾਜ ਉੱਤੇ, ਕੀ ਕਹਿੰਦੇ? ਦੇਖੋ ਬਹੁਤ, ਉਹ ਵੀ ਮੰਦਭਾਗਾ, ਬਹੁਤ ਪੱਟੀਆ, ਬਹੁਤ ਮੰਦਭਾਗਾ ਵਾ। ਉਹਨਾਂ ਨੇ ਕਿਹਾ ਜੋ ਲਫ਼ਜ਼ ਉਹਨਾਂ ਨੇ ਬੋਲੇ ਕਿ ਉਹ, ਤੁਸੀਂ ਸਾਰਿਆਂ ਨੇ ਮੀਡੀਆ ਦੇ ਵਿੱਚ, ਬਹੁਤ ਮੰਦਭਾਗੀ ਗੱਲ ਹੈ, ਸਾਨੂੰ, ਅਸੀਂ ਉਹਦੀ ਸਖ਼ਤ ਨਿੰਦਾ ਕਰਦੇ ਹਾਂ, ਔਰ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਚਾਹੇ ਹਿੰਦੂ ਧਰਮ ਹੋਵੇ, ਚਾਹੇ ਈਸਾਈ ਧਰਮ ਹੋਵੇ, ਚਾਹੇ ਮੁਸਲਿਮ ਧਰਮ ਹੋਵੇ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਬਾਕੀ ਉਹ ਬਹੁਤ ਸਖ਼ਤ ਨਿੰਦਾ ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਸਰ ਦੇਖੋ, ਮੈਂ ਗੱਲ ਕਰਨਾ, ਪਰਸਨ ਵਿਜ਼ਨਰੀ ਹੋਣਾ ਚਾਹੀਦਾ, ਉਹ ਜੇਕਰ ਵਿਜ਼ਨਰੀ ਨਹੀਂ ਹੈਗਾ ਤਾਂ ਉਹ ਕੁਛ ਵੀ ਮੁੱਦਾ ਨਹੀਂ ਲਿਆਉਣਾ, ਭਾਵੇਂ ਪਾਰਟੀ ਦਾ ਵੀ ਹੋਵੇ, ਅਤੇ ਇੰਡੀਵਿਜੁਅਲ ਦੇ ਉੱਤੇ ਵੀ ਬਹੁਤ ਕੁਛ ਕੀਤਾ ਜਾ ਸਕਦਾ ਵਾ। ਸਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਨੇ ਬਹੁਤ ਵੱਡੀ ਪਹਿਲਾਂ ਆਲਰੇਡੀ ਸੇਵਾ ਕੀਤੀ ਆ, ਔਰ ਡਿਵੈਲਪਮੈਂਟ ਵੀ ਕੀਤੀ ਆ, ਉਹ ਜਿਹੜਾ ਹੈਗਾ ਵਾ ਡੈਫੀਨੇਟ ਸਾਡੇ ਖੇਤਰੀ ਪਾਰਟੀ ਦੇ ਆ। ਜਿਸ ਇਨਸਾਨ ਨੇ ਸਾਨੂੰ ਮਿਲਣਾ ਹੀ ਨਹੀਂ 5 ਸਾਲ, ਅਸੀਂ ਉਹ ਕਰਾਂਗੇ ਕੀ? ਅੱਜ ਸਾਨੂੰ ਉਸ ਪਰਸਨ ਨੂੰ ਮਿਲਣ ਦੀ ਤਾਂ ਲੋੜ ਆ, ਸਾਡੀ ਅਪਰੋਚ ਆ ਇੱਥੇ, ਅਸੀਂ 10 ਮਿੰਟ ਦੇ ਵਕਫੇ ਦੇ ਉੱਤੇ ਉਹਨਾਂ ਨੂੰ ਮਿਲ ਸਕਦੇ ਹਾਂ, ਮਿਲ ਕੇ ਜਿਹੜੀ ਸਾਡੀ ਪ੍ਰੋਬਲਮ ਆ ਉਹ ਹੱਲ ਕਰਵਾ ਸਕਦੇ ਹਾਂ। ਸੋ ਮੈਂ ਇਹ ਗੱਲ ਕਰਦਾ, ਅੱਜ ਬਹੁਤ ਜ਼ਰੂਰੀ ਆ ਖੇਤਰੀ ਪਾਰਟੀਆਂ ਨੂੰ ਬਚਾਉਣਾ, ਜੇ ਅਸੀਂ ਖੇਤਰੀ ਪਾਰਟੀ ਨੂੰ ਨਾ ਬਚਾਇਆ, ਬਚਣਾ ਅਸੀਂ ਵੀ ਨਹੀਂ ਹੈਗਾ। ਤੁਸੀਂ ਮੁਲਕ ਦੀ ਡਿਵੈਲਪਮੈਂਟ ਦੀ ਇਸ਼ੂ ਲਿਆਓ, ਸ਼ਹਿਰ ਦੀ ਡਿਵੈਲਪਮੈਂਟ ਦਾ ਇਸ਼ੂ ਲਿਆਓ, ਇਹ ਦੱਸੋ ਕਿ ਅਸੀਂ ਆਹ ਕੀਤਾ ਸੀ, ਆਹ ਕਰਾਂਗੇ। ਠੀਕ ਹੈ, ਇੱਕ ਦੂਜੇ ਨਾਲ ਦੂਸ਼ਣਬਾਜ਼ੀ 'ਚ ਕੀ ਤੁਸੀਂ ਲੈ ਲਓਗੇ? ਠੀਕ ਹੈ, ਪਾਪੂਲਰ ਮੈਜਰ ਨਾਲ ਤੁਸੀਂ ਪਹਿਲਾਂ ਹੀ ਭੱਠਾ ਵਢਾ ਦਿੱਤਾ। ਇੰਡਸਟਰੀ ਜਿਹੜੀ ਹੈ ਉਹਨੂੰ ਇੱਕ ਸਫਾਈ ਸਰਕਾਰ ਪੰਜਾਬ ਦੇ ਵਿੱਚ ਹਮੇਸ਼ਾ ਹੀ ਡਿਵੈਲਪਮੈਂਟ ਉਸ ਵੇਲੇ ਹੋਈ ਹੈ ਜਦੋਂ ਓਰੀਜਨਲ ਪਾਰਟੀ ਨੇ ਗਵਰਨ ਕੀਤਾ। ਤੁਸੀਂ ਪੰਜਾਬ ਦੀ ਹਿਸਟਰੀ 75 ਸਾਲ ਦੀ ਬੋਲੋ, ਜਦੋਂ ਓਰੀਜਨਲ ਪਾਰਟੀ ਇੱਥੇ ਪਾਵਰ 'ਚ ਹੈ, ਚਾਹੇ ਉਹ ਸੂਬੇ 'ਚ ਹੈ ਚਾਹੇ ਕੇਂਦਰ 'ਚ ਹੈ, ਉਦੋਂ ਹੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ। ਤੁਸੀਂ 70-75 ਸਾਲ ਦੀ ਹਿਸਟਰੀ ਬੋਲੋ, ਔਰ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਰੋਲ ਹੈ। ਇਹ ਓਲਡੈਸਟ ਪਾਰਟੀ ਹੈ ਕਾਂਗਰਸ ਤੋਂ ਬਾਅਦ, 2 ਨੰਬਰ 'ਤੇ ਪਾਰਟੀ ਕਾਂਗਰਸ ਤੋਂ ਬਾਅਦ ਓਲਡੈਸਟ ਪਾਰਟੀ ਹੈ। ਠੀਕ ਹੈ, ਉਤਰਾਅ ਚੜ੍ਹਾਉਂਦੇ ਹੈ ECG ਵਾਂਗੂ,
ਠੀਕ ਹੈ, ਅੱਜ ਅਕਾਲੀ ਦਲ ਦੇ ਉਤਰਾਅ ਚੜ੍ਹਾਅ ਚੱਲ ਰਹੇ ਹੈ, ਠੀਕ ਹੈ, ਆਉਣ ਵਾਲੇ ਸਮੇਂ ਵਿੱਚ ਇਹੀ ਪਾਰਟੀ ਇਸ ਪ੍ਰਦੇਸ਼ 'ਤੇ ਰਾਜ ਕਰੇਗੀ ਔਰ ਸੈਂਟਰ 'ਚ ਵੀ ਕਰੇਗੀ, ਕਿਉਂਕਿ ਨੇਕ ਨੀਤੀ ਨਾਲ ਬੰਦੇ ਜੁੜੇ ਹੋਏ ਆ, ਬਾਕੀ ਪਾਰਟੀ ਤਾਂ ਟਪੂਸੀਆਂ ਹੀ ਵੱਜੀ ਜਾ ਰਹੀਆਂ ਹਾਲੇ। ਠੀਕ ਹੈ, ਇੱਕ ਮੈਂ ਇਹ ਗੱਲ ਕਹਿੰਦਾ, ਮੈਂ ਰਾਜਨੀਤਿਕ ਬੰਦਾ ਨਹੀਂ ਹੈ, ਪਰ ਚੰਗੇ ਅਕਸ਼ ਵਾਲੇ, ਚੰਗੀ ਦਿੱਖ ਵਾਲੇ, ਜਿਨ੍ਹਾਂ ਦਾ ਸਮਾਜਿਕ ਦੇ ਵਿੱਚ ਕਦਰ ਕੀਮਤ ਹੈ, ਉਸ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ ਔਰ ਇੱਕ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਮੈਂ ਵੋਟਿੰਗ ਪਰਸੈਂਟੇਜ ਲੋਐਸਟ ਜਾ ਰਹੀ ਹੈ, ਇਸ ਦਾ ਮਤਲਬ 45 ਤੋਂ ਲੈ ਕੇ 50% ਲੋਕ ਇਸ ਮੁਲਕ ਦੀ ਡੈਮੋਕ੍ਰੇਸੀ ਤੋਂ ਮੁਨੱਕਰ ਹੋ ਚੁੱਕੇ ਹੈ, ਕਿੱਥੇ ਡੈਮੋਕ੍ਰੇਸੀ ਹੈ ਹੀ ਨਹੀਂ, ਵੋਟ ਪਾਉਣ ਦੀ ਲੋੜ ਹੀ ਹੈ ਨਹੀਂ। ਠੀਕ ਹੈ, ਤੋ ਸਾਨੂੰ ਇਹ ਵੀ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਨੌਜਵਾਨ, ਵੱਧ ਤੋਂ ਵੱਧ ਲੋਕ ਵੋਟ ਪਾਉਣ ਦਾ ਅਧਿਕਾਰ ਜ਼ਰੂਰ ਇਸਤੇਮਾਲ ਕਰਨ, 70-75% ਪੋਲਿੰਗ ਹੋਵੇ। ਠੀਕ ਹੈ, ਅਤੇ ਜਿਹੜੇ ਸਾਡੇ ਕੈਂਡੀਡੇਟ ਨੇ ਰਣਜੀਤ ਸਿੰਘ ਢਿੱਲੋਂ, ਮੈਂ ਉਹਨਾਂ ਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ 15-20 ਸਾਲ, ਅੱਜ ਤੱਕ ਮੈਨੂੰ ਅੱਜ ਤੱਕ ਉਹਨਾਂ ਨੇ ਉਹ ਇੱਕ ਕਿਸੇ ਨੂੰ ਨਹੀਂ ਕਿਹਾ। ਠੀਕ ਹੈ, ਕੋਈ ਕਹਿ ਦਿਓ ਜੀ ਉਹਨਾਂ ਨੇ ਕਦੇ ਕਿਸੇ ਨੂੰ ਮਾੜੇ ਸ਼ਬਦ ਬੋਲੇ ਹੋਣ। ਠੀਕ ਹੈ, ਜਦੋਂ ਪ੍ਰਧਾਨ ਰਹੇ, ਜਦੋਂ MLA ਰਹੇ, ਜਦੋਂ ਕੌਂਸਲਰ ਰਹੇ, ਗੁਰੂ ਕੇ ਸਿੱਖ ਨੇ, ਜਿੱਥੇ ਗੁਰੂ ਦਾ ਆਸ਼ਾ ਵਾ ਉੱਥੇ ਖੜ੍ਹੇ ਆ, ਅਤੇ ਉਹਦੇ ਨਾਲ ਰਾਮਗੜੀਆ ਭਾਈਚਾਰਾ ਖੜ੍ਹਾ, ਜਿਵੇਂ ਭਾਈ ਲਾਲ ਲਓ ਗੁਰੂ ਨਾਨਕ ਸਾਹਿਬ ਨਾਲ ਖੜ੍ਹੇ। ਠੀਕ ਹੈ, ਤੋ ਇਹ ਸਿੱਖੀ ਦਾ ਧੁਰਾ ਆ, ਰਾਮਗੜੀਆ ਬਰਾਦਰੀ ਬਰਾਦਰੀ ਨਹੀਂ ਹੈ, ਸਾਨੂੰ ਖਿਤਾਬ ਮਿਲਿਆ। ਠੀਕ ਹੈ, ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਤੋਂ ਖਿਤਾਬ ਮਿਲਿਆ ਕਿਰਤੀਆਂ ਨੂੰ, ਇਹਦੇ ਵਿੱਚ ਕਿਰਤੀ ਸਾਰੇ ਹੀ ਆ ਗਏ। ਇੱਕ ਇਹ ਕਿਰਤੀ ਸਮਾਜ ਦੀ ਜਿਹੜੀ ਹੈ ਆਵਾਜ਼ ਹੈ ਕਿ ਸਾਨੂੰ ਰੁਜ਼ਗਾਰ ਚਾਹੀਦੇ, ਸਾਨੂੰ ਫੈਕਟਰੀਆਂ ਚਾਹੀਦੀਆਂ। ਸਾਡਾ ਸੂਬਾ ਭਾਜੀ ਨੇ ਦੱਸਿਆ ਕਿਸ ਪੱਧਰ 'ਤੇ ਗਿਰ ਚੁੱਕਾ। ਠੀਕ ਹੈ, ਇਹਨਾਂ ਨੇ ਤਾਂ ਹੁਣ ਮੈਨੂੰ ਦੱਸਿਆ 27ਵੇਂ ਨੰਬਰ 'ਤੇ ਆ ਗਏ, ਅਤੇ ਅਸੀਂ 1 ਨੰਬਰ ਸੂਬਾ ਬਣਨ ਲਈ ਯਤਨ ਕਰੀਏ। ਹੁਣ ਕਨੇਡਾ ਦਾ ਜਿਹੜਾ ਭੂਤ ਸਵਾਰ ਹੋਇਆ ਲੋਕਾਂ ਨੂੰ ਘਟੇ, ਅਤੇ ਇੱਥੇ ਹੀ ਫੈਕਟਰੀਆਂ ਲੱਗਣ, ਇੱਥੇ ਰੁਜ਼ਗਾਰ ਆਵੇ, ਅਤੇ ਸਾਡੇ ਰੀਜਨਲ ਸਾਡੇ ਆਪਣੇ ਨੇਤਾ ਹੋਣ, ਸਾਡੇ ਆਪਣੇ ਤੋਪੇ ਨਾ ਜਾਣ ਸਾਡੇ 'ਤੇ, ਜਿਹਨਾਂ ਕੋਲ ਅਸੀਂ ਜਦੋਂ ਮਰਜ਼ੀ ਜਾ ਕੇ ਆਪਣੇ। ਦੇਖੋ, ਤੁਸੀਂ ਕਿਹਾ ਕਿ ਇੱਕ ਬੰਦਾ ਕੀ ਕਰੂਗਾ, ਇੱਕ ਬੰਦਾ ਹੀ ਮਾਊਂਟ ਐਵਰੈਸਟ ਚੜਿਆ ਸੀ, ਦੋ ਨਹੀਂ ਸੀ ਚੜੇ। ਸੋ ਇੱਕ ਬੰਦੇ 'ਚ ਬੜੀ ਸਮਰੱਥਾ ਹੁੰਦੀ ਹੈ ਕੁਝ ਵੀ ਕਰਨ ਦੀ। ਸਾਡੇ ਸਕੂਲ ਦਾ, ਗੁਰੂ ਨਾਨਕ ਪਬਲਿਕ ਸਕੂਲ ਦਾ ਹਾਰਪ੍ਰੀਤ ਚੀਮਾ ਇੱਕੋ ਹੀ ਮਾਊਂਟ ਐਵਰੈਸਟ 'ਤੇ ਚੜਿਆ, ਅੱਜ ਦੀ ਖਬਰ। ਉਹਨਾਂ ਨੂੰ ਅਸੀਂ ਸਮਰਥਨ ਕਰ ਰਹੇ ਕਿਉਂਕਿ ਉਹ ਚੰਗੇ ਅਕਸ਼ ਵਾਲੇ ਤੇ ਬੜੇ ਵਧੀਆ ਇਨਸਾਨ ਨੇ, ਤੇ ਸਾਨੂੰ ਉਮੀਦ ਹੈ ਕਿ ਉਹ ਲੁਧਿਆਣੇ ਵਿੱਚ MP ਬਣ ਕੇ ਬਹੁਤ ਬਖੂਬੀ ਰੋਲ ਇਸ ਸ਼ਹਿਰ ਦੀ ਇਸ ਨੂੰ ਹੋਰ ਸਮਾਰਟ ਬਣਾਉਣ ਲਈ ਯਤਨ ਕਰਨਗੇ। ਜਿਸ ਤਰ੍ਹਾਂ ਕਿ ਤੁਸੀਂ ਵੀ ਸਾਰੇ ਪੱਤਰਕਾਰ ਭਾਈਚਾਰਾ ਇਹ ਜਾਣਦਾ ਆ ਕਿ ਜਿੰਨੀ ਸੜਕਾਂ ਦੀ ਡਿਵੈਲਪਮੈਂਟ, ਜਿੰਨੇ ਪ੍ਰੋਜੈਕਟਸ ਅਕਾਲੀ ਗੌਰਮੈਂਟ ਵੇਲੇ ਆਏ, ਉਹਨੇ ਕਦੇ ਵੀ ਨਹੀਂ ਆਏ। ਮੈਂ ਕਹਿੰਦਾ ਪੂਰੇ ਪੰਜਾਬ ਦੇ ਇੱਕ ਆਈਟਮ ਨਾ ਛੱਡੋ ਤੁਸੀਂ, ਕਿਹੜਾ ਪ੍ਰੋਜੈਕਟ ਆ ਜਿਹੜਾ ਫਿਰ ਸਾਡੀਆਂ ਵਿਰਾਸਤਾਂ ਨੂੰ ਸੰਭਾਲਿਆ, ਸ਼੍ਰੋਮਣੀ ਅਕਾਲੀ ਦਲ। ਠੀਕ ਹੈ, ਜਿੰਨੇ ਗਲਿਆਰੇ ਬਣਾਏ, ਜਿੰਨੀਆਂ ਵਿਰਾਸਤਾਂ ਬਣਾਈਆਂ, ਜਿਹਨੇ ਸਾਨੂੰ ਇਤਿਹਾਸ ਨਾਲ ਜੋੜਿਆ, ਉਹ ਸਾਰੀਆਂ ਜਿਹੜੀਆਂ ਅਚੀਵਮੈਂਟਸ ਹੈ ਸਰਦਾਰ ਪ੍ਰਕਾਸ਼ ਸਿੰਘ ਮੁੱਖ ਮੰਤਰੀ ਪੰਜਾਬ
ਕਿ ਉਹਨਾਂ ਦੀਆਂ ਸੋਚ ਸੀਗੀ ਇਸ ਸੂਬੇ ਨੂੰ, ਉਹਨਾਂ ਦਾ ਸਤਿਕਾਰ ਵੀ ਸਾਰੇ ਰੀਜਨਲ ਕੀ ਸਾਰੀਆਂ ਨੈਸ਼ਨਲ ਪਾਰਟੀਆਂ ਉਹਨਾਂ ਦੀਆਂ ਸਤਿਕਾਰ ਕਰਦੀਆਂ ਸੀ, ਕਿਉਂਕਿ ਉਹ ਆਪਣੇ ਜਿਹੜੇ ਉਹਨਾਂ ਦੇ ਅਸੂਲ ਸੀ ਉਹਨਾਂ 'ਤੇ ਖੜ੍ਹੇ ਰਹਿੰਦੇ ਸੀ, ਅਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਅਸੂਲਾਂ 'ਤੇ ਹੀ ਚੱਲ ਰਿਹਾ, ਅਤੇ ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ, ਅਤੇ ਮੈਂ ਰਿਕੁਐਸਟ ਕਰਦਾ ਹਾਂ ਕਿ ਵੋਟ ਜ਼ਰੂਰ ਪਾਓ, ਆਪ ਇਹ ਤੁਹਾਡਾ ਜ਼ਮਹੂਰੀ ਹੱਕ ਹੈ, ਤੁਸੀਂ ਡੈਮੋਕ੍ਰੇਟਿਕ ਕੰਟਰੀ ਦੇ ਬਛਿੰਦੇ ਹੋ, ਅਤੇ ਜ਼ਰੂਰ ਵੱਧ ਚੜ੍ਹ ਕੇ ਵੋਟ ਪਾਓ, ਵੋਟ ਪਰਸੈਂਟੇਜ ਤੋਂ ਹੀ ਪਤਾ ਲੱਗਣਾ ਕਿ ਕਿਹੜਾ ਕੈਂਡੀਡੇਟ ਕਿੰਨਾ ਕੁ ਸਟਰੋਂਗ ਹੈ। ਅੱਜ ਅਸੀਂ ਸਾਡੀ ਜਿਹੜੀ ਰਾਮਗੜੀਆ ਫਾਊਂਡੇਸ਼ਨ ਹੈ ਪੰਜਾਬ ਦੀ, ਔਰ ਜਿਹੜੀਆਂ ਵੱਖ ਵੱਖ ਰਾਮਗੜੀਆ ਜਥੇਬੰਦੀਆਂ ਨੇ, ਸਰ ਰਣਜੋਤ ਸਿੰਘ ਜੀ ਬੈਠੇ ਆ ਰਾਮਗੜੀਆ ਐਜੂਕੇਸ਼ਨ ਕੌਂਸਲ, ਜਿਹੜੀ ਕਿ ਸਾਰੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜਿੱਥੇ ਬੱਚਿਆਂ ਨੂੰ ਐਜੂਕੇਟ ਕਰਦੇ ਹਾਂ, ਅੱਜ ਅਸੀਂ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਮੀਦਵਾਰ ਆ ਉਹਨਾਂ ਨੂੰ ਸਮਰਥਨ ਦਿੰਦੇ ਹਾਂ, ਔਰ ਸਾਡੇ ਲੁਧਿਆਣੇ ਤੋਂ ਸਰ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੂੰ ਅਸੀਂ ਸਮੁੱਚੇ ਸਾਰੇ ਹੀ ਸਮਰਥਨ ਦਿੰਦੇ ਹਾਂ, ਤਾਂ ਕਿ ਜਿਹੜੀ ਸਾਡੀ ਖੇਤਰੀ ਪਾਰਟੀ ਆ, ਅਸੀਂ ਗੱਲ ਕਰਦੇ ਹਾਂ ਕਿ ਬਾਕੀ ਬਾਹਰੀ ਪਾਰਟੀਆਂ ਨੇ, ਔਰ ਸ਼ਾਇਦ ਸਾਨੂੰ ਉਮੀਦਵਾਰ ਨੂੰ ਲੱਭਣ ਜਾਣਾ ਪੈਣਾ ਵਾ ਜਿਹੜੀ ਕਿ ਸਾਡੀ ਅਪਰੋਚ ਤੋਂ ਬਾਹਰ ਨੇ, 250-300 ਕਿਲੋਮੀਟਰ 400 ਕਿਲੋਮੀਟਰ 'ਤੇ ਬੈਠੇ, ਅਤੇ ਅੱਜ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਅਤੇ ਅਸੀਂ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਜਿਹੜਾ ਸਮਰਥਨ ਦੇ ਰਹੇ ਹਾਂ, ਔਰ ਜਿਹੜੀ ਬਾਕੀ ਜਿਹੜੀਆਂ 12 ਸੀਟਾਂ ਉਹਦੇ 'ਤੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਹੜਾ ਸਮਰਥਨ ਦੇ ਰਹੇ ਹਾਂ। ਤੁਸੀਂ ਦੇਖੋ, ਅਗਰ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੀ, ਕਿ ਲਾਲਜੀਤ ਭੁੱਲਰ ਜੀ ਨੇ ਸਾਡੀ ਉਸ ਕੌਮ ਬਾਰੇ ਜਿਹੜਾ ਕਿ ਸੁਨਿਆਰਾ ਭਾਈਚਾਰਾ ਔਰ ਰਾਮਗੜੀਆ ਭਾਈਚਾਰੇ ਬਾਰੇ ਕਿੰਨੇ ਗਲਤ ਲਫ਼ਜ਼ ਜਿਹੜੇ ਹੈਗੇ ਆ ਬੋਲੇ, ਅਤੇ ਉਹਨਾਂ ਨੂੰ ਅਸੀਂ, ਹਾਂਜੀ, ਸਾਨੂੰ ਸਮੁੱਚੀ ਰਾਮਗੜੀਆ ਬਰਾਦਰੀ ਉਸ ਦੇ ਨਾਲ ਬਲੁੰਦਰੀ ਗਈ ਹੈ ਕਿ ਉਹਨਾਂ ਨੇ ਜਿਹੜੇ ਲਫ਼ਜ਼ ਯੂਜ਼ ਕੀਤੇ ਆ, ਤਾਂ ਅਸੀਂ ਉਹਦੀ ਸਖ਼ਤ ਜਿਹੜੀ ਨਿੰਦਾ ਔਰ ਨਿਖੇਧੀ ਕਰਦੇ ਹਾਂ, ਔਰ ਅਸੀਂ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਪੈਣੀ ਚਾਹੀਦੀ। ਦੂਸਰੀ ਮੈਂ ਜਿਹੜੀ ਸਭ ਤੋਂ ਵੱਡੀ ਚੀਜ਼ ਗੱਲ ਕਰਦਾ ਵਾਂ ਕਿ ਪਿਛਲੇ 10 ਸਾਲ ਦਾ ਸਮਾਂ ਦੇਖੀਏ ਸ਼੍ਰੋਮਣੀ ਅਕਾਲੀ ਦਲ ਦਾ, ਤੁਸੀਂ ਵੀ ਸਾਰੇ ਪ੍ਰਤੱਖ ਉਸ ਚੀਜ਼ ਦੇ ਗਵਾਹ ਹੋ ਕਿ ਕਿੰਨੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ, ਔਰ ਜਿਹੜੀ ਉਹ ਡਿਵੈਲਪਮੈਂਟ ਹੋਈ ਉਸ ਡਿਵੈਲਪਮੈਂਟ ਨੇ ਸਾਡੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ। ਕਿਤੇ 60 ਕਿਲੋਮੀਟਰ ਦੀ ਸਪੀਡ ਹੁੰਦੀ ਸੀ ਜਿਹੜੀ ਸਾਡੇ ਸੁਖਬੀਰ ਸਿੰਘ ਬਾਦਲ ਜੀ ਨੇ ਪਰ ਘੰਟਾ 60 ਕਿਲੋਮੀਟਰ ਤੋਂ ਪਹੁੰਚਾਤਾ, ਜਿਹੜੀ ਕਿ ਸਪੀਡ ਹੀ ਸਿਰਫ 35 ਕਿਲੋਮੀਟਰ ਹੁੰਦੀ ਸੀ, ਇੰਨਾ ਕੰਜੈਸ਼ਨ ਸੀ। ਅੱਜ ਲੁਧਿਆਣੇ ਵਿੱਚ ਤੁਸੀਂ ਦੇਖੋ ਫਿਰੋਜ਼ਪੁਰ ਰੋਡ ਜਿਹੜਾ ਐਲੀਵੇਟਡ ਰੋਡ ਬਣਿਆ। ਅਗਰ ਮੈਂ ਇੰਡਸਟਰੀ ਦੀ ਗੱਲ ਕਰਾਂ, ਅਸੀਂ ਭਾਈਚਾਰੇ ਦੇ ਨਾਲ ਇੰਡਸਟਰੀ ਦੀ ਵੀ ਗੱਲ ਕਰੀਏ ਕਿ ਇੰਡਸਟਰੀ ਨੂੰ ਪੀਕ ਲੋਡ ਖਤਮ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣਿਆ ਸੀ, ਕਿ ਜਿਹਦੇ ਵਿੱਚ ਸਾਨੂੰ ਰਾਤ ਨੂੰ ਬਿਜਲੀ 2 ਰੁਪਏ 25 ਪੈਸੇ ਪਰ ਯੂਨਿਟ ਜਿਹੜੀ ਸਸਤੀ ਮਿਲਦੀ ਸੀ। ਫਲੋਰ ਏਰੀਆ ਇਨਕਰੀਜ਼ ਕੀਤਾ, ਆਹ ਏਰੀਆ ਜਿਹਦੇ ਵਿੱਚ ਆਪਾਂ ਬੈਠੇ ਹਾਂ ਇਸ ਏਰੀਏ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਤੋਹਫਾ ਦਿੱਤਾ ਦਿਵਾਲੀ ਦੇ ਉੱਤੇ। ਮੈਨੂੰ ਯਾਦ ਆ ਕਿ ਇਸ ਏਰੀਏ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਸੀ ਲੱਗਦਾ, 72 ਮੱਲੇ ਇੰਡਸਟਰੀ ਤੋਂ ਵਾਂਝੇ ਸੀ, ਲੇਕਿਨ ਪਲਾਟ ਖਾਲੀ ਪਏ ਸੀਗੇ, ਲੋਕਾਂ ਕੋਲ ਜਗ੍ਹਾ ਸੀ ਪਰ ਕੰਮ ਕਰਨ ਵਾਸਤੇ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਸੀ।
ਸਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਥੇ ਤਕਰੀਬਨ 2860 ਕਨੈਕਸ਼ਨ ਦਿੱਤੇ, ਜਿਹਦੇ ਨਾਲ ਉੱਥੇ ਇੰਡਸਟਰੀ ਚੱਲੀ, ਲੈਂਡ ਜਿਹੜੀ ਸਾਡੀ ਜਗ੍ਹਾ ਸੀ ਉਹਦਾ ਰੇਟ ਵੀ ਵਧਿਆ, ਪਲੱਸ ਇਹ ਏਰੀਆ ਜਿਹੜਾ ਸੀ ਫਲੋਰਿਸ਼ ਕੀਤਾ। ਤੁਸੀਂ ਦੇਖੋ ਅੱਜ ਇੱਥੇ ਜਗ੍ਹਾ ਨਹੀਂ ਮਿਲ ਰਹੀ ਹੈਗੀ, ਉਹਦਾ ਕਾਰਨ ਨਵਾਂ ਫੋਕਲ ਪੁਆਇੰਟ ਲਿਆਂਦਾ ਧਨਾਂਸੂ ਦੇ ਵਿੱਚ ਉਹਨਾਂ ਨੇ, ਅਕਸਰ ਇੰਡਸਟਰੀ ਦੀ ਡਿਵੈਲਪਮੈਂਟ ਕਰਕੇ ਇਹੀ ਸੀਗਾ, ਪਰ ਇਸ ਸਰਕਾਰ ਨੇ ਉਹ ਜਿਹੜਾ 4 ਯੂਨਿਟਾਂ ਨੂੰ ਦੇ ਕੇ ਸਾਰਾ ਖਤਮ ਕਰਤਾ। ਲੋੜ ਸੀ ਛੋਟੀ ਇੰਡਸਟਰੀ ਨੂੰ ਉੱਪਰ ਚੱਕਣ ਦੀ। ਇੱਕ ਲਾਸਟ ਜਿਹੜੀ ਮੈਂ ਗੱਲ ਕਰੂੰਗਾ, ਪਾਵਰ, ਬਿਜਲੀ। ਤੁਸੀਂ ਸਾਰੇ ਹੁਣ ਇੱਥੇ ਦਫ਼ਤਰ 'ਚ ਬੈਠੇ ਹੋ, ਲੇਕਿਨ ਪਾਵਰ ਤਾਂ, ਬਿਜਲੀ ਤਾਂ ਹੈ ਨਹੀਂ। ਸਾਨੂੰ ਤਾਂ ਬੜਾ ਖਦਸ਼ਾ ਵਾ ਵੀ ਪਰਸੋਂ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਜਾਣੇ ਆ ਤਾਂ ਬਿਜਲੀ ਦੇ ਹਾਲਾਤ ਕੀ ਹੋਣੇ ਆ। ਹੁਣ ਵੀ ਇਹ ਜਿੱਥੇ ਤੁਸੀਂ ਆ ਸਾਰਾ ਆਪਣੇ ਕੈਮਰੇ ਸਾਡੇ ਵੱਲ ਕੀਤੇ ਹੋਏ ਆ, ਜਨਰੇਟਰ 'ਤੇ ਚੱਲ ਰਹੀ ਹੈ ਬਿਜਲੀ, ਇਹ ਬਿਜਲੀ ਬੋਰਡ ਵੱਲੋਂ ਬਿਜਲੀ ਦਿੱਤੀ ਨਹੀਂ ਹੋਈ। ਸੋ ਮੈਂ ਗੱਲ ਕਰਦਾ, ਉਹਨਾਂ ਨੇ ਸੂਬਾ ਸਰਪਲਸ ਬਣਾਤਾ ਸੀ, ਸਰਪਲਸ ਸਟੇਟ ਬਣਾਉਣ ਦੇ ਨਾਲ ਸਾਨੂੰ 2 ਰੁਪਏ 25 ਪੈਸੇ ਰਾਤ ਨੂੰ ਬਿਜਲੀ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਸਤੀ ਦਿੱਤੀ ਸੀਗੀ। ਪਰ ਇਸ ਦੇ ਉਲਟ ਆਮ ਆਦਮੀ ਦੀ ਸਰਕਾਰ ਨੇ ਤਾਂ ਸਾਨੂੰ ਇੱਕ ਨਵਾਂ ਜਿਹੜਾ ਸੀਗਾ ਫਰਲਾ ਭੇਜਤਾ ਕਿ ਤੁਹਾਨੂੰ ਜਿਹੜੀ ਬਿਜਲੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ 2 ਰੁਪਈਏ ਯੂਨਿਟ ਮਹਿੰਗੀ ਮਿਲੂਗੀ ਨੋਰਮਲ ਟੈਰਿਫ ਨਾਲੋਂ। ਇਸ ਵੇਲੇ ਸਾਨੂੰ ਜਿਹੜੀ ਬਿਜਲੀ ਆ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ 2 ਰੁਪਈਏ ਬਿਜਲੀ ਮਹਿੰਗੀ ਲੈ ਰਹੇ ਹਾਂ। ਉਸ ਤੋਂ ਇਲਾਵਾ ਮੈਂ ਗੱਲ ਕਰਾਂ, ਫਿਕਸਡ ਚਾਰਜਿਸ ਸੀ ਜਿਹੜੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਵਧਾਏ, ਇਸ ਸਰਕਾਰ ਨੇ ਉਹ ਵੀ ਚਾਰਜਿਸ ਵਧਾ ਤੇ। ਬਲਕਿ ਜਿਹੜੇ ਪਾਵਰ ਇੰਟੈਂਸਿਵ ਯੂਨਿਟ ਆ ਉਹਨਾਂ ਦੇ ਉੱਤੇ ਵੀ ਜਿਹੜਾ ਨੋਰਮਲ ਟੈਰਿਫ ਨਾਲੋਂ 65 ਰੁਪਈਏ KVA ਐਕਸਟਰਾ ਲਗਾਤਾ। ਸੋ ਮੈਂ ਗੱਲ ਕਰਦਾ ਕਿ ਜੇ ਪੰਜਾਬ ਦੇ ਵਿੱਚ ਇੰਡਸਟਰੀ ਨਾ ਰਹੀ ਤਾਂ ਬੜਾ ਮੁਸ਼ਕਲ ਆ ਇਸ ਸੂਬੇ ਦਾ ਅੱਗੇ ਵਧਣਾ। ਅਤੇ ਕਦੇ ਅਸੀਂ ਜਦੋਂ ਸਰ ਸੁਖਬੀਰ ਸਿੰਘ ਬਾਦਲ ਡਿਪਟੀ CM ਸੀ, ਉਹ ਸਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸੂਬੇ ਦੇ ਮੁੱਖ ਮੰਤਰੀ ਸੀ, ਤਾਂ ਜਿਹੜਾ ਇੰਡੀਆ ਟੂਡੇ ਨੇ ਸਰਵੇ ਕਰਾਇਆ ਸੀ ਉਹਦੇ ਵਿੱਚ ਲੁਧਿਆਣਾ ਬੈਸਟ ਬਿਜ਼ਨਸ ਪਲੇਸ ਆਫ ਇੰਡੀਆ ਡਿਕਲੇਅਰ ਹੋਇਆ ਸੀ। ਔਰ ਮੈਂ ਗੱਲ ਕਹਿਣੀ ਹੈ, ਬੜੀ ਖੁਸ਼ੀ ਹੁੰਦੀ ਹੈ ਕਿ ਉਦੋਂ ਸਾਡਾ ਸੂਬਾ ਪਹਿਲੇ ਨੰਬਰ 'ਤੇ ਸੀ, ਹੌਲੀ ਹੌਲੀ ਖਿਸਕਦੇ ਖਿਸਕਦੇ ਅਸੀਂ 16ਵੇਂ ਨੰਬਰ ਦੇ ਉੱਤੇ ਆ ਗਏ। ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ, ਟੋਟਲ ਸੂਬੇ 29 ਆ, ਅੱਜ ਅਸੀਂ 27ਵੇਂ ਨੰਬਰ 'ਤੇ ਹਾਂ। ਇਸ ਤੋਂ ਬਾਅਦ ਸਿਰਫ 2 ਸੂਬੇ ਰਹਿ ਗਏ ਜਿਹੜੇ ਬਹੁਤ ਛੋਟੇ ਛੋਟੇ ਆ, ਨਾਗਾਲੈਂਡ ਬਹੁਤ ਛੋਟਾ ਜਿਹਾ ਸੂਬਾ, ਮਿਜ਼ੋਰਮ ਬਹੁਤ ਛੋਟਾ ਜਿਹਾ ਸੂਬਾ। ਅਤੇ ਅਸੀਂ ਪੰਜਾਬ ਜਿਹੜਾ ਫੂਡ ਬਾਊਲ ਸੀਗਾ ਅਤੇ ਉਹ ਅੱਜ ਸਿਮਟ ਕੇ ਰਹਿ ਗਿਆ। ਸੋ ਮੈਂ ਗੱਲ ਕਰਦਾ ਵਾ ਕਿ ਜਿੰਨੀ ਦੇਰ ਤੱਕ ਪੀਸ ਹਾਰਮਨੀ ਨਹੀਂ ਰਹੇਗੀ ਉਨੀ ਦੇਰ ਤੱਕ ਨਾ ਤਾਂ ਇੰਡਸਟਰੀ ਡਿਵੈਲਪ ਕਰ ਸਕਦੀ ਹੈ। ਤੁਸੀਂ ਦੇਖੋ ਇਸ ਤਰ੍ਹਾਂ ਸਾਡੇ ਬਹੁਤ ਵੱਡੇ ਕਬੱਡੀ ਦੇ ਖਿਡਾਰੀ ਦਾ ਮਰਡਰ ਹੋਇਆ, ਸਾਡੇ ਬਹੁਤ ਵੱਡੇ ਸਿੰਗਰ ਸਿੱਧੂ ਮੂਸੇਵਾਲੇ ਦਾ ਹੋਇਆ, ਮਤਲਬ ਇਸ ਟੈਰਰ ਦੇ ਵਿੱਚ ਇੰਡਸਟਰੀ ਦਾ ਚੱਲਣਾ ਬੜਾ ਮੁਸ਼ਕਲ ਆ, ਇੰਡਸਟਰੀ ਦੇ ਵਿੱਚ ਬੜਾ ਭੈ ਆ। ਸਰਕਾਰ ਵੱਲੋਂ ਜਿਹੜੇ ਵਾਅਦੇ ਵੀ ਕੀਤੇ ਗਏ, 14 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਰੈਡੀਸਨ ਬਲਿਊ ਹੋਟਲ 'ਚ ਆਏ, ਇੰਡਸਟਰੀ ਦੇ ਨਾਲ ਇੰਟਰੈਕਟ ਕੀਤਾ, ਮੈਨੂੰ ਯਾਦ ਆ ਤੁਸੀਂ ਲਾਈਵ ਸਾਰਿਆਂ ਨੇ ਕੀਤਾ, ਅੱਜ ਵੀ ਲਾਈਵ ਕੱਢ ਕੇ ਦੇਖ ਲਓ। ਅਸੀਂ ਉਹਨਾਂ ਕੋਲ ਇੱਕ ਡਿਮਾਂਡ ਕੀਤੀ ਸੀ ਕਿ ਕੋਡ ਆ UUE ਚਾਰਜਿਸ, ਅਨਆਥੋਰਾਈਜ਼ਡ ਯੂਜ਼ ਆਫ ਇਲੈਕਟ੍ਰੀਸਿਟੀ, ਇਹਦੇ ਨਾਲੋਂ ਤਾਂ ਬਿਜਲੀ ਚੋਰੀ ਕਰ ਲਈ ਜਾਵੇ ਉਹਦਾ ਘੱਟ ਜੁਰਮਾਨਾ ਵਾ, ਅਤੇ ਉਹ ਸਾਡੇ ਨਾਲ ਧੱਕੇਸ਼ਾਹੀ ਆ, ਵਾਪਸ ਲਓ। ਉਹਨਾਂ ਨੇ ਉੱਥੇ ਹੀ ਸਟੇਜ 'ਤੇ ਕੇਜਰੀਵਾਲ ਸਾਹਿਬ ਨੇ ਔਰ ਸਰ ਭਗਵੰਤ ਸਿੰਘ ਮਾਨ ਉਹਨਾਂ ਨੇ, ਸਾਡੇ ਮੁੱਖ ਮੰਤਰੀ ਜੀ ਨੇ, ਚੇਅਰਮੈਨ ਸਰ ਬਲਦੇਵ ਸਿੰਘ ਸਰਾਂ ਉਹਨਾਂ ਨੂੰ ਖੜਾ ਕੀਤਾ ਕਿ ਇਹ ਕੰਮ ਹੋ ਸਕਦਾ। ਉਹ ਕਹਿੰਦੇ ਜੀ ਬਿਲਕੁਲ ਹੋ ਸਕਦਾ, ਕਹਿੰਦੇ ਇੱਕ ਕੱਲ੍ਹ ਫਾਈਲ ਮੇਰੇ ਕੋਲ ਲਿਆਓ, ਇੱਕ ਹਫ਼ਤੇ ਦੇ ਵਿੱਚ ਡਿਸੀਜ਼ਨ ਦੇਣਾ। ਅਤੇ ਅੱਜ 14 ਸਤੰਬਰ ਤੋਂ ਲੈ ਕੇ ਤੁਸੀਂ ਆਪ ਸਾਹਿਬ 9 ਮਹੀਨੇ ਹੋ ਗਏ, ਅੱਜ ਉਸ ਚੀਜ਼ ਦੇ ਉੱਤੇ ਬਿਲਕੁਲ ਨਹੀਂ।
ਓਟੀਐਸ ਸੀਗੀ ਇਨਹਾਂਸਮੈਂਟ ਦੇ ਉੱਤੇ ਜਿਹੜੇ ਇੰਡਸਟਰੀ ਦੇ ਪਲੋਟਸ 'ਤੇ ਸੀ, ਅੱਜ ਇਨਵੈਸਟਮੈਂਟ ਪੰਜਾਬ ਟੋਟਲ ਰੁਕਿਆ ਪਿਆ ਵਾ। ਸੋ ਅਸੀਂ ਜਿਹੜੇ ਪ੍ਰਤੱਖ ਦੇਖਿਆ ਕਿ ਜਿਹਨੇ ਡਿਵੈਲਪਮੈਂਟ ਕੀਤੀ ਸਰ ਸੁਖਬੀਰ ਸਿੰਘ ਬਾਦਲ ਨੇ, ਸਾਡੀ ਖੇਤਰੀ ਪਾਰਟੀ ਆ, ਸਾਡੇ ਸਮੁੱਚੇ ਸਮਾਜ ਨੂੰ ਜਦੋਂ ਕੋਈ ਔਕੜ ਆਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਭੱਜ ਕੇ ਜਾ ਕੇ ਹਲਕੇ ਦੇ ਕੌਂਸਲਰ, MLA ਔਰ MP ਦੇ ਨਾਲ ਰਾਬਤਾ ਕਰਨਾ ਪੈਂਦਾ। ਉਹ ਢਿੱਲੋਂ ਸਾਹਿਬ ਸਾਡੇ ਆਪਣੇ ਸ਼ਹਿਰ ਦੇ ਨੇ, ਸ਼ਹਿਰ ਵਿੱਚੋਂ ਨੇ, ਔਰ ਉਹ ਸਾਡੀ ਜਿਹੜੀ ਮਸਲੇ ਨੂੰ ਫੌਰੀ ਤੌਰ ਦੇ ਉੱਤੇ ਹੱਲ ਕਰਕੇ ਦੇਣਗੇ। ਤੋ ਸਮੁੱਚੇ ਹੀ ਅਸੀਂ ਅੱਜ ਜਿਹੜਾ ਰਾਮਗੜੀਆ ਭਾਈਚਾਰੇ ਵੱਲੋਂ ਇਕੱਠੇ ਹੋਏ ਹਾਂ, ਔਰ ਅਸੀਂ ਇਕੱਠੇ ਹੋ ਕੇ ਜਿਹੜੀਆਂ ਸਮੁੱਚੀਆਂ ਪੰਜਾਬ ਦੀਆਂ 13 ਸੀਟਾਂ ਵਾ, ਉਹਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ, ਔਰ ਜਿਹੜੀ ਲੁਧਿਆਣਾ ਲੋਕ ਸਭਾ ਹਲਕਾ ਤੋਂ ਸਰ ਰਣਜੀਤ ਸਿੰਘ ਢਿੱਲੋਂ, ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਬਤੌਰ ਕੌਂਸਲਰ 3 ਵਾਰ ਔਰ MLA 1 ਵਾਰ, ਔਰ ਅੱਜ ਉਹ ਲੁਧਿਆਣੇ ਦੇ ਵਸਨੀਕਾਂ ਨੂੰ ਭਲੀ ਭਾਂਤੀ ਜਾਣਦੇ ਆ, ਔਰ ਸਾਡੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਲੁਧਿਆਣਾ ਦੇ ਉਹ 5 ਸਾਲ ਪ੍ਰਧਾਨ ਵੀ ਰਹੇ ਆ। ਸੋ ਸਾਨੂੰ ਤਾਂ ਸਮੁੱਚੇ ਭਾਈਚਾਰੇ ਨੂੰ ਜਿੱਥੇ ਅਸੀਂ ਅਪੀਲ ਕਰਦੇ ਹਾਂ ਉੱਥੇ ਅੱਜ ਅਸੀਂ ਸਮਰਥਨ ਦੇਣ ਦਾ ਵੀ ਐਲਾਨ ਕਰਦੇ ਹਾਂ। ਅਤੇ ਮੈਂ ਤਾਂ ਸਾਰੇ ਮੀਡੀਆ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਇਹ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਕਿ ਇੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਕੇ ਆਉਣ, ਔਰ ਜਿਹੜਾ ਪਿਛਲਾ ਸਮਾਂ ਡਿਵੈਲਪਮੈਂਟ ਦਾ ਦੇਖਿਆ, ਜਿਹੜੀ ਡਿਵੈਲਪਮੈਂਟ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਹੋਈ ਆ, ਔਰ ਸਰ ਸੁਖਬੀਰ ਸਿੰਘ ਬਾਦਲ ਨੇ ਆਪ ਆਪਣੇ ਲੁਧਿਆਣੇ ਨੂੰ ਆਪ ਚੁਣਿਆ ਹੋਇਆ ਸੀ, ਖੁਦ ਲੁਧਿਆਣੇ ਦੀ ਨਿਗਰਾਨੀ ਉਹ ਆਪ ਕਰਦੇ ਸੀ, ਤਾਂ ਕਿ ਜਿਹੜਾ ਇਹ ਲੁਧਿਆਣਾ ਵਾ ਇਹ ਸਾਡੇ ਦੇਸ਼ ਦੇ ਵਿੱਚ ਜਿੱਥੇ ਪਹਿਲੇ ਨੰਬਰ 'ਤੇ ਸੂਬਾ ਆਇਆ ਉੱਥੇ ਉਹਨਾਂ ਨੇ ਕਿਹਾ ਸੀ ਇਸ ਸੂਬੇ ਨੂੰ ਮੈਂ ਬਣਾ ਕੇ ਵੀ ਜਿਹੜਾ ਹੈਗਾ, ਚਾਹੇ ਸਮਾਰਟ ਸਿਟੀ ਦੇ ਵਿੱਚ ਉਦੋਂ ਦੇ ਸਾਡੇ ਮੇਅਰ ਸਰ ਹਰਚਰਨ ਸਿੰਘ ਗੋਲਵੜੀਆ ਜੀ ਨੇ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਕੀਤੀ ਟੋਟਲ ਲੁਧਿਆਣੇ ਦੀ ਸਮਾਰਟ ਸਿਟੀ ਬਣਾਉਣ ਦੇ ਵਿੱਚ, ਸਾਡਾ ਪੰਜਾਬ ਦੇ ਵਿੱਚੋਂ ਪਹਿਲਾ ਸ਼ਹਿਰ ਚੁਣਿਆ ਗਿਆ ਸੀ। ਪਰ ਅੱਜ ਲੋੜ ਆ ਵਿਜ਼ਨਰੀ ਪਰਸਨ ਦੀ, ਅਗਰ ਅਸੀਂ ਵਿਅਕਤੀਗਤ ਦੇ ਉੱਤੇ ਵੀ ਦੇਖੀਏ ਕਿ ਜਿਹਦੀ ਵਿਜ਼ਨ ਆ, ਕਈਆਂ ਨੇ ਤਾਂ ਆਪਣੀ ਵਿਜ਼ਨ ਹੀ ਨਹੀਂ ਦੱਸੀ ਹੈਗੀ, ਸਿਰਫ ਦੂਜਿਆਂ ਦੇ ਉੱਤੇ ਦੋਸ਼ ਮੜ ਕੇ ਉਹਨਾਂ ਨੇ ਉਹ ਕੰਮ ਕੀਤਾ। ਆਓ ਆਪਾਂ ਸਾਡੇ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਜਿਹੜਾ ਜਿਤਾ ਕੇ ਸੰਸਦ ਵਿੱਚ ਭੇਜੀਏ, ਜਿਹੜਾ ਇਹ ਲੁਧਿਆਣਾ ਮੈਨਚੈਸਟਰ ਆਫ ਇੰਡੀਆ ਸੀਗਾ ਅਤੇ ਅੱਜ ਇਹਦਾ ਕੀ ਹਾਲ ਹੋ ਗਿਆ, ਕਹਿੰਦੇ ਇਹ ਲਾਰਜੈਸਟ ਮੈਨੂਫੈਕਚਰਰ ਆਫ ਬਾਈਸਾਈਕਲਸ ਇਨ ਇੰਡੀਆ ਸੀਗਾ। ਤੋ ਅੱਜ ਇਸ ਨੂੰ ਇਹਦੀ ਜਿਹੜੀ ਪੁਰਾਣੀ ਸੱਭਿਅਤਾ ਨੂੰ ਬਹਾਲ ਕਰੀਏ ਅਤੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਆਪਾਂ ਜਿਤਾਈਏ, ਜਿਤਾ ਕੇ ਸੰਸਦ ਦੇ ਵਿੱਚ ਭੇਜੀਏ ਤਾਂ ਕਿ ਉਹ ਲੁਧਿਆਣੇ ਤੋਂ ਸੰਸਦ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਣ। ਕੁਲਹਾਰ ਸਾਹਿਬ, ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਬਾਰੇ ਉਹ ਕਹਿੰਦੇ ਪਏ ਵੀ ਕੈਂਡੀਡੇਟ ਉਹਨਾਂ ਦੇ ਕਹਿ ਰਹੇ ਆ ਕਿ ਅਸੀਂ ਇੰਡਸਟਰੀ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ। ਮੈਨੂੰ ਤੁਸੀਂ ਦੱਸ ਦਿਓ, ਮੈਂ ਤਾਂ ਤੁਹਾਡੇ ਸਾਹਮਣੇ ਚੈਲੰਜ ਨਾਲ ਕਹਿੰਦਾ ਕਿਹੜੀ ਰਾਹਤ ਦਿੱਤੀ ਆ, ਇਹ ਵੀ ਦੱਸ ਦਿਓ। ਰਾਹਤ ਦੱਸੋ ਨਾ, ਬਿਜਲੀ ਦਾ ਬਿੱਲ ਸੀਗਾ 65 ਪੈਸੇ ਯੂਨਿਟ ਵਧਾ ਦਿੱਤਾ ਗਿਆ। 960 ਕਰੋੜ ਰੁਪਇਆ ਫਾਇਦਾ ਹੋਇਆ ਹੈਗਾ। ਹਾਂ ਦੇਖੋ ਤੁਸੀਂ ਉਹ ਕੱਲ ਮੁੱਖ ਮੰਤਰੀ ਜੀ ਦੀ ਜਿਹੜੀ ਇੰਟਰਵਿਊ ਸੀ ਮੈਂ ਦੇਖ ਰਿਹਾ ਸੀ, ਉਹ ਆਪਣੀ ਇੰਟਰਵਿਊ ਦਿੰਦੇ ਦਿੰਦੇ ਹੀ ਕਹਿੰਦੇ ਲਿਆਓ ਮਿਲਾਓ ਫੋਨ ਜਿਹੜੇ ਸਾਡੇ CMD ਸਾਹਿਬ ਆ ਔਰ ਜਿਹੜੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਆ, ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ। ਉਹ ਕਹਿੰਦੇ ਅਸੀਂ ਤਾਂ ਰਾਤ ਨੂੰ ਬਿਜਲੀ 960 ਕਰੋੜ ਦੀ ਹੈਦਰਾਬਾਦ ਨੂੰ ਔਰ ਬੰਗਲੌਰ ਨੂੰ ਦੋ ਜਿਹੜੇ ਹੈਗੇ ਆ ਸਟੇਟਾਂ ਨੂੰ ਵੇਚੀ ਆ ਬਿਜਲੀ ਆ 1 ਅਪ੍ਰੈਲ ਤੋਂ ਲੈ ਕੇ ਅੱਜ ਤਕਰੀਬਨ 29 ਮਈ ਹੋ ਗਈ, 2 ਮਹੀਨਿਆਂ ਦੇ ਵਿੱਚ 960 ਕਰੋੜ ਦੀ ਬਿਜਲੀ ਵੇਚਤੀ ਅਤੇ ਪੰਜਾਬ ਦੇ ਉੱਤੇ ਕੱਟ ਲਾਤਾ। ਤੁਸੀਂ ਦੇਖੋ ਫੋਕਲ ਪੁਆਇੰਟਾਂ 'ਚ ਵੀ ਕੱਟ ਆ, ਇਹ ਤਾਂ ਇਲੈਕਸ਼ਨ ਕਰਕੇ ਆ,
ਆ ਤੁਸੀਂ 3 ਦਿਨ ਬਾਅਦ ਦੇਖਿਓ ਪੰਜਾਬ ਦਾ ਹਾਲ ਕੀ ਹੁੰਦਾ, ਕਿਉਂਕਿ ਸਾਡੇ ਕੋਲ ਡਿਮਾਂਡ ਇੰਨੀ ਜ਼ਿਆਦਾ ਵਾ, ਪ੍ਰੀ ਪਲੈਨਿੰਗ ਨਹੀਂ ਹੋ ਸਕੀ ਹੈਗੀ, ਜਿਹਦੇ ਕਰਕੇ ਇੰਡਸਟਰੀ ਖਮਿਆਜ਼ਾ ਭੁਗਤ ਰਹੀ ਹੈ। ਤੁਸੀਂ ਬੈਠੇ ਹੋ, ਮੈਂ ਤਾਂ ਕੋਈ ਇਹ ਗੱਲ ਨਹੀਂ ਕਹਿ ਰਿਹਾ, ਲਾਈਟ ਬੰਦ ਹੈ, ਕਿਉਂ ਕਰਨਾ, ਇੰਡਸਟਰੀਅਲ ਏਰੀਆ, ਡੈਜੀਗਨੇਟਡ ਇੰਡਸਟਰੀਅਲ ਏਰੀਆ ਵਾ, ਇੱਥੇ ਤਾਂ ਪਾਵਰ ਸਪਲਾਈ ਮਿਲਣੀ ਚਾਹੀਦੀ ਹੈ, ਅਨਸ਼ਡਿਊਲਡ ਕੱਟ ਲੱਗ ਰਹੇ ਆ ਪੂਰੇ। ਸੋ ਮੈਂ ਸਾਰੇ ਨਹੀਂ, ਅਸੀਂ ਦੇਖ ਰਹੇ ਸੀਗੇ, ਮੈਂ ਇਹ ਗੱਲ ਕਰ ਰਿਹਾ, ਸਮੁੱਚਾ ਭਾਈਚਾਰਾ ਜਿਹੜਾ ਇਕੱਠਾ ਹੋ ਕੇ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਜਦੋਂ ਭਾਈਚਾਰਾ ਇਕੱਠਾ ਹੋ ਗਿਆ ਤਾਂ ਭਾਈਚਾਰੇ ਦਾ ਇੱਕ ਮੈਸੇਜ ਜਿਹੜਾ ਗਿਆ ਸਾਰੇ ਸਮਾਜ ਦੇ ਵਿੱਚ, ਉਹ ਇੱਕ ਬਹੁਤ ਵੱਡੀ ਗੱਲ ਆ ਕਿ ਸਾਡਾ ਜਿਹੜਾ ਭਾਈਚਾਰਾ ਇਕੱਠਾ ਹੋ ਕੇ ਸਾਰੇ ਅਸੀਂ ਕਿਹਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਨੂੰ ਜਿਤਾਵਾਂਗੇ, ਔਰ ਟਾਈਮ ਲੱਗਦਾ ਦੇਖਣ ਵਾਸਤੇ ਕਿ ਕਿਹਨੇ ਕੁਛ ਕੀਤਾ ਅਤੇ ਕਿਹਦਾ ਅੱਗੇ ਵਿਜ਼ਨ ਹੈਗਾ ਵਾ। ਜਿਹਨਾਂ ਦਾ ਵਿਜ਼ਨ ਹੀ ਨਹੀਂ ਹੈਗਾ, ਅਜੇ ਤੱਕ 2.5 ਸਾਲ ਹੋ ਗਏ ਚੱਲਿਆਂ ਨੂੰ, ਹਜੇ ਤੱਕ ਕੋਈ, ਤੁਸੀਂ ਦੱਸੋ, ਮੈਂ ਤਾਂ ਸਾਹਮਣੇ ਹਾਂ, ਡਿਬੇਟ ਕਰਨ ਲਈ ਖੁੱਲ੍ਹਾ ਚੈਲੰਜ ਆ। ਸਰ ਇਹੀ ਮੈਸੇਜ ਆ, ਜਿਹੜੀ ਵੋਟ ਆ।